ਪਹਿਲਾਂ ਦੱਸੋ ਕਿ ਸੈਕਟਰ 17 ਕਿਸ ਤਰ੍ਹਾਂ ਬਰੀਫ ਕਰੋਗੇ ਇਸ ਚੀਜ਼ ਨੂੰ, ਕਿਉਂਕਿ ਯੂਥ ਦਾ ਹਾਰਟ ਹੈ ਇਹ। ਸੈਕਟਰ 17 ਦਾ ਸਾਡੇ ਪਿੰਡਾਂ ਵਾਲਿਆਂ ਦੇ ਨਾ ਵੀ ਬਸ ਐ ਮੇਨ ਨਿਸ਼ਾਨੇ ਤੇ ਹੁੰਦਾ ਸੀਗਾ। 315 ਦੇ ਮੂਹਰੇ ਦੂਰਬੀਨ ਨਹੀਂ ਲਾਈ ਹੁੰਦੀ ਬਾਹਰਲੀ USA ਵਾਲੀ, ਉਹਦੇ ਨਾਲ ਜਿਹੜਾ ਨਿਸ਼ਾਨਾ ਬਹਿੰਦੇ ਆ ਉਹ ਬਿੰਨਿਆ ਹੁੰਦਾ ਸੀ ਸਾਡਾ ਸੈਕਟਰ 17 ਤੇ। ਅਸੀਂ ਦੇਖਦੇ ਹਾਂ ਕਲਾਕਾਰ ਕੋਈ ਵੀ ਚੀਜ਼ ਪਾਲਣ ਕੁਛ ਵੀ ਉਹ ਟ੍ਰੈਂਡ ਬਣਦੀ ਡੈਫੀਨੇਟਲੀ। ਸੋ ਤੁਹਾਡੇ ਨਾਮ ਦੇ ਅੱਗੇ ਟ੍ਰੈਂਡ ਨਾਮ ਜੁੜ ਗਿਆ, ਮੈਂ ਇਹ ਵੀ ਜ਼ਰੂਰ ਜਾਨਣਾ ਚਾਹੂੰਗੀ ਕਿਉਂਕਿ ਮੈਨੂੰ ਬੜਾ ਯੂਨੀਕ ਲੱਗਾ ਔਰ ਐਕਚੁਅਲ ਦੇ ਵਿੱਚ ਇਹ ਹੈਰਾਨ ਕਰਨ ਵਾਲੀ ਚੀਜ਼ ਹੈ। ਸਰ ਜਦੋਂ ਚੇਤਾ ਸਿੰਘ ਆਈ ਆ ਜਾਂ ਵਾਰਨਿੰਗ ਦੀ ਗੱਲ ਚੱਲਦੀ ਸੀ, ਉਦੋਂ ਚੇਤਾ ਸਿੰਘ ਦੇ ਪੋਸਟਰ ਦੇ ਉੱਤੇ ਬੰਟੀ ਨਹੀਂ ਲਿਖਿਆ ਸੀ, ਜਿਹੜਾ ਮੁੰਡਾ ਉਹਦਾ ਡਾਇਰੈਕਟਰ ਸੀ ਚੇਤਾ, ਆਸ਼ੀਸ਼ ਕਹਿ ਦਿੰਦੇ, ਅਤੇ ਨਾਲ ਹੀ ਸੀ। ਮੈਂ ਕਿਹਾ ਮੈਨੂੰ ਥੋੜ੍ਹੀ ਜਿਹੀ ਸੰਗ ਜਿਹੀ ਆਉਂਦੀ ਆ ਵੀ ਯਾਰ ਇਹ ਲਿਖਾਉਣਾ, ਅਤੇ ਉਹ ਫਿਰ ਸਾਗਾ ਵਾਲੇ ਬਾਈ ਸਮਿਤ ਬਾਈ ਉਹ ਕਹਿੰਦੇ ਨਹੀਂ ਨਹੀਂ ਭਾਜੀ ਬਣਦਾ ਲਿਖਾਉਣਾ। ਫਿਰ ਮੈਂ ਉਸਤਾਦ ਗਿੱਪੀ ਬਾਈ ਨੂੰ ਪੁੱਛਿਆ, ਕਹਿੰਦੇ ਬਣਦਾ ਚਾਹੀਦੀ ਹੈ ਲਾਈਨ, ਮੈਂ ਕਿਹਾ ਚਾਹ ਰੱਖ ਲਓ। ਸੋ ਕਿਸ ਤਰ੍ਹਾਂ ਦਾ ਕਿਰਦਾਰ ਤੁਹਾਡਾ ਅਸੀਂ ਫਿਲਮ ਦੇ ਵਿੱਚ ਦੇਖਾਂਗੇ, ਭੂਮਿਕਾ ਵੱਲੋਂ ਕੀ ਸਪੈਸ਼ਲ ਕੀਤਾ ਜਾਏਗਾ? ਟ੍ਰੇਲਰ ਅਸੀਂ ਦੇਖ ਲਿਆ, ਸੋ ਜ਼ਰੂਰ ਇੱਕ ਵਾਰ ਆਪਣੇ ਕੈਰੈਕਟਰ ਨੂੰ ਬਰੀਫ ਕਰੋ, ਸੋ ਦੈਟ ਭੂਮਿਕਾ ਨੂੰ ਜਿੱਦਾਂ ਪਹਿਲਾਂ ਦੇਖਿਆ ਉਸ ਤੋਂ ਕਿਵੇਂ ਅਲੱਗ ਦੇਖਾਂਗੇ ਹੁਣ ਅਸੀਂ ਇਸ ਫਿਲਮ ਦੇ ਵਿੱਚ। ਤੁਸੀਂ ਸੁਪਨੇ ਵਾਲੀ ਗੱਲ ਕੀਤੀ ਨਾ, ਹੁਣ ਸੁਪਨਾ ਮੇਰਾ ਸਰ ਨੇ, ਮੈਂ ਭਾਵੇਂ ਸਰ ਨੂੰ ਮਿਲੀ ਨਹੀਂ ਸੀ ਪਰ ਮੇਰਾ ਸੁਪਨਾ ਸਰ ਨੇ ਲਿਖਿਆ ਜ਼ਰੂਰ ਹੈ ਮੂਵੀ 'ਚ। ਜਿਹੜਾ ਕੈਰੈਕਟਰ ਹੈ ਨਾ ਉਹ ਸੱਚੀ ਮੇਰਾ ਇੱਕ ਡ੍ਰੀਮ ਸੀ, ਮੈਂ ਇਹੋ ਜਿਹਾ ਕੈਰੈਕਟਰ ਪਲੇ ਕਰਨਾ ਚਾਹੁੰਦੀ ਸੀ। ਫਿਲਮ ਦੇ ਕੈਰੈਕਟਰਸ ਬੜੇ ਡਿਫਰੈਂਟ ਪ੍ਰਿੰਸ ਜੀ ਤੁਸੀਂ ਪਲੇ ਕੀਤੇ ਹੈ, ਬਹੁਤ ਫਿਲਮਾਂ ਦੇ ਵਿੱਚ ਦੇਖਿਆ ਹੈ ਨਾ, ਬਿਹਤਰੀਨ ਕੰਮ ਕੀਤਾ ਹੈ, ਪਰ ਇਹ ਬਿਹਤਰੀਨ ਦਿਮਾਗ ਕਿੱਦਾਂ ਚੱਲਿਆ ਸੈਕਟਰ 17 ਦੇ ਲਈ? ਨਹੀਂ ਦੇਖੋ ਰਾਈਟਿੰਗ ਦੇ ਲਈ ਮੈਨੂੰ ਲੱਗਦਾ ਦਿਮਾਗ ਨਹੀਂ ਚੱਲਦਾ, ਦਿਲ ਚੱਲਦਾ। ਕਿਵੇਂ ਇਹ ਚੀਜ਼ਾਂ ਪੋਸੀਬਲ ਹੁੰਦੀਆਂ ਨੇ, ਕਿਵੇਂ ਇਹ ਚੀਜ਼ਾਂ ਰਿਐਲਿਟੀ ਦੇ ਵਿੱਚ ਕਨਵਰਟ ਹੁੰਦੀਆਂ ਨੇ ਕਿ ਸੁਪਨਾ ਦੇਖੋ ਔਰ ਅੱਗੇ ਮੁਕਾਮ ਦੇਣ ਵਾਲਾ ਕੋਈ ਬੈਠਾ ਹੈ, ਕੋਈ ਹੱਥ ਫੜੇਗਾ? ਇਹ ਰਿਸਕ ਸੀਗਾ ਇੱਕ ਤਰ੍ਹਾਂ ਦਾ ਜਿਹੜਾ ਤੁਸੀਂ, ਕਿ ਪਹਿਲਾਂ ਹੀ ਪ੍ਰੀ ਪਲਾਨ ਸੀਗੀਆਂ ਚੀਜ਼ਾਂ ਸਾਰੀਆਂ? ਨਹੀਂ ਨਹੀਂ ਪ੍ਰੀ ਪਲਾਨ ਨਹੀਂ ਸੀ, ਵੈਸੇ ਵੀ ਪ੍ਰੀ ਪਲਾਨ ਮੇਰੇ ਤੋਂ ਹੁੰਦਾ ਨਹੀਂ, ਮੈਨੂੰ ਹੁੰਦਾ ਵੀ ਪਲੈਨਿੰਗ ਹੁੰਦੀ ਹੈ ਦਿਮਾਗ ਨਾਲ, ਅਤੇ ਦਿਮਾਗ ਨਾਲ ਆਪਾਂ ਨਾ ਸਵਾਲ ਤਾਂ ਕੱਢ ਸਕਦੇ ਹਾਂ ਕਿ ਜਿਹੜਾ ਜਿਸ ਕਿਸਮ ਦਾ ਆਪਾਂ ਕੰਮ ਕਰਦੇ ਹਾਂ ਜਿਹੜਾ ਆਰਟ ਹੈ, ਇਹਦੇ 'ਚ ਦਿਮਾਗ ਦੇ ਨਾਲੋਂ ਦਿਲ ਦੀ ਜ਼ਿਆਦਾ ਲੋੜ ਪੈਂਦੀ। ਪੰਮੇ ਨੂੰ ਦੇਖਿਆ ਬਸ ਐਕਸ਼ਨ ਕਰਦੇ ਆ ਔਰ ਮਾਰ ਤਾੜ ਔਰ ਬਸ ਆਪਣਾ ਸਟੈਂਡ ਲਈ ਆਪਣੇ ਹੱਕਾਂ ਲਈ ਲੜਦਾ, ਪਰ ਇਹ ਇਸ ਵਾਰ ਬਹੁਤ ਕੁਝ ਵੱਖਰਾ ਹੈ। ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ, ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ 'ਤੇ। ਫਿਲਮ ਆ ਰਹੀ ਹੈ ਜੀ ਸੈਕਟਰ 17, ਸੈਕਟਰ 17 ਦਾ ਨਾਮ ਆਉਂਦਾ ਤਾਂ ਕਰੇਜ਼ ਵੈਸੇ ਯੂਥ ਦਾ ਜਿਹੜਾ ਸਿਰ ਚੜ੍ਹ ਕੇ ਬੋਲਦਾ। ਸੋ ਸੈਕਟਰ 17 ਕੀ ਹੈ, ਕੀ ਸੈਕਟਰ 17 ਦੇ ਪਿੱਛੇ ਦੀ ਕਹਾਣੀ ਹੈ, ਇਹ ਅੱਜ ਬਹੁਤ ਡਿਟੇਲ ਦੇ ਵਿੱਚ ਅਸੀਂ ਗੱਲਾਂ ਕਰਨੀਆਂ ਨੇ, ਅਤੇ ਮੇਰੇ ਨਾਲ ਸਟਾਰਕਾਸਟ ਹੈਗੀ ਆ ਪ੍ਰਿੰਸ ਕਮਲਜੀਤ ਜੀ ਅਤੇ ਭੂਮਿਕਾ ਸ਼ਰਮਾ, ਇਹਨਾਂ ਦੇ ਨਾਲ ਖਾਸ ਗੱਲਬਾਤ ਕਰਾਂਗੇ ਔਰ ਜ਼ਰੂਰ ਜਾਣਾਂਗੇ ਕਿ ਸੈਕਟਰ 17 ਦੇ ਵਿੱਚ ਕੀ ਕੁਛ ਹੋਵੇਗਾ ਖਾਸ। ਸੋ ਪਹਿਲਾਂ ਸਵਾਗਤ ਕਰ ਲੈਂਦੇ ਹਾਂ। ਓਕੇ, ਬਹੁਤ ਬਹੁਤ ਸਵਾਗਤ ਹੈ ਪ੍ਰਿੰਸ ਜੀ ਤੁਹਾਡਾ। ਥੈਂਕ ਯੂ ਜੀ, ਥੈਂਕ ਯੂ। ਭੂਮਿਕਾ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ। ਸੋ ਤੁਸੀਂ ਪਰਸ ਚੱਕ ਲਿਆ, ਰੱਖ ਲਓ, ਕੰਫਰਟੇਬਲ ਹੋ ਕੇ ਆਪਾਂ ਗੱਲਬਾਤ ਕਰ ਲੈਂਦੇ, ਕੋਈ ਇਸ਼ੂ ਨਹੀਂ ਹੈਗਾ, ਕੰਫਰਟੇਬਲ ਹੋ। ਮਹਿੰਗਾ ਜਿਹੜਾ ਇਹਨੂੰ ਆਇਆ ਵੀ ਵੀਡੀਓ ਵੀਡੀਓ ਚ ਆਵੇ, ਕੁਛ ਤਾਂ ਖਾਸ ਹੈਗਾ ਜਿਹੜਾ ਤੁਸੀਂ ਚੱਕਿਆ? ਇਹੋ ਜਿਹਾ ਕੁਛ ਵੀ ਨਹੀਂ ਹੈ ਐਕਚੁਅਲੀ, ਕੁਛ ਇਹੋ ਜਿਹੀ ਚੀਜ਼ ਹੈ ਜਿਹੜੀ ਮੈਂ ਇੱਥੇ ਵੀ ਨਹੀਂ ਦੱਸ ਸਕਦੀ, ਇੱਧਰ ਵੀ ਨਹੀਂ ਦੱਸ ਸਕਦੀ, ਤੁਹਾਨੂੰ ਦੱਸ ਸਕਦੀ ਹਾਂ ਬਟ ਰਾਈਟ ਨਾਓ ਨਹੀਂ ਦੱਸ ਸਕਦੀ। ਦੈਟਸ ਓਕੇ, ਦੈਟਸ ਓਕੇ। ਓਕੇ, ਸੋ ਪਹਿਲਾਂ ਤਾਂ ਮੁਬਾਰਕਾਂ ਬਹੁਤ ਬਹੁਤ ਸੈਕਟਰ 17 ਦੇ ਲਈ। ਪੰਮੇ ਦੇ ਨਾਮ ਤੋਂ ਵੈਸੇ ਹੀ ਲੋਕ ਬੜਾ ਪਿਆਰ ਕਰਦੇ ਆ, ਕਮੈਂਟਸ ਰੀਡ ਕਰ ਰਹੀ ਸੀ ਮੈਂ ਟ੍ਰੇਲਰ ਦੇ ਨੀਚੇ, ਪੰਮੇ ਦੇ ਨਾਮ ਤੋਂ ਹੀ ਲੋਕ ਪਿਆਰ ਦੇ ਰਹੇ ਆ, ਰਾਈਟ? ਸੋ ਸੈਕਟਰ 17 ਦੇ ਵਿੱਚ ਵੀ ਬੜਾ ਪਿਆਰਾ ਕਿਰਦਾਰ ਹੈ, ਟ੍ਰੇਲਰ ਦੇਖਿਆ ਹੈ, ਐਕਸ਼ਨ ਕਿੰਗ ਵੈਸੇ ਆਪਾਂ ਕਹਿੰਦੇ ਹੈ ਨਾ ਆਪਣੀ ਇੰਡਸਟਰੀ ਦੇ ਵਿੱਚ ਬੜੀ ਕਮੀ ਹੈ, ਪਰ ਜਦੋਂ ਦੀ ਅਸੀਂ ਚੇਤਾ ਸਿੰਘ ਦੇਖੀਏ, ਹੋਰ ਫਿਲਮਾਂ ਦੇਖੀਆਂ ਨੇ ਉਸ ਤੋਂ ਬਾਅਦ, ਤਾਂ ਪੰਮੇ ਤੋਂ ਬਾਅਦ ਹੋਰ ਵੀ ਨੈਕਸਟ ਲੈਵਲ ਕੰਮ ਸੈਕਟਰ 17 ਦੇ ਵਿੱਚ ਦੇਖਣ ਨੂੰ ਮਿਲ ਰਿਹਾ। ਸੋ ਇਹ ਫਿਲਮ ਦੇ ਬਾਰੇ ਲਿਖੀ ਵੀ ਤੁਸੀਂ ਹੈ ਔਰ ਬਹੁਤ ਬਰੀਕੀਆਂ ਨੇ ਇਸ ਫਿਲਮ ਦੀਆਂ, ਮੈਂ ਸਾਰੀਆਂ ਜਾਣਨਾ ਚਾਹੂੰਗੀ। ਪਹਿਲਾਂ ਦੱਸੋ ਕਿ ਸੈਕਟਰ 17 ਕਿਸ ਤਰ੍ਹਾਂ ਬਰੀਫ ਕਰੋਗੇ ਇਸ ਚੀਜ਼ ਨੂੰ, ਕਿਉਂਕਿ ਯੂਥ ਦਾ ਹਾਰਟ ਹੈ ਇਹ ਸੈਕਟਰ 17। ਜਦੋਂ ਤੂੰ 17 ਕਹਿੰਦੀ ਹੈ ਨਾ ਉਹ ਛੋਟਾ ਹੋ ਜਾਂਦਾ ਕੰਮ, ਸੈਕਟਰ 17 ਜਿਹੜਾ ਉਹਦੇ ਨਾਲ ਸਵਾਦ ਵੱਖਰਾ। ਸੈਕਟਰ 17 ਦਾ ਸਾਡੇ ਪਿੰਡਾਂ ਵਾਲਿਆਂ ਦੇ ਨਾ ਵੀ ਬਸ ਐਂ ਮੇਨ ਨਿਸ਼ਾਨੇ 'ਤੇ ਹੁੰਦਾ ਸੀਗਾ ਵੀ 315 ਦੇ ਮੂਹਰੇ ਦੂਰਬੀਨ ਨਹੀਂ ਲਾਈ ਹੁੰਦੀ ਬਾਹਰਲੀ USA ਵਾਲੀ, ਉਹਦੇ ਨਾਲ ਜਿਹੜਾ ਨਿਸ਼ਾਨਾ ਬਹਿੰਦੇ ਆ ਉਹ ਬਿੰਨਿਆ ਹੁੰਦਾ ਸੀ ਸਾਡਾ ਸੈਕਟਰ 17 'ਤੇ ਵੀ ਉੱਥੋਂ ਆਉਣਾ ਪਿੰਡਾਂ 'ਚੋਂ ਅਸੀਂ ਚੱਲਣਾ, ਅਤੇ ਬੱਸ ਕਰਮਾਂ ਨਾਲ ਸਾਡੇ ਵੀ ਬੱਸ ਜਿਹੜੀ ਪਿੱਛੋਂ ਚੱਲਦੀ ਸੀ ਕੋਟਪੂਰੇ 4:40 'ਤੇ ਆਉਂਦੀ ਸੀ, 4:40 ਤੋਂ ਇੱਥੇ ਸਿੱਧਾ। ਹਾਂ, ਉਦੋਂ ਬੱਸ ਸਾਡਾ ਅੰਦਰ ਇੱਧਰ ਸੈਕਟਰ 17  'ਚ ਹੀ ਹੁੰਦਾ ਸੀਗਾ, ਅਤੇ ਉੱਥੋਂ ਅਸੀਂ ਆਇਆ ਕਰਨਾ ਇੱਥੇ, ਬਸ ਤੁਰ ਫਿਰ ਕੇ ਅਸੀਂ ਗੇੜੇ ਗੁੜੇ ਕੱਢ ਕੇ ਮੁੜ ਜਾਂਦੇ ਸੀ। ਹੈ ਕੁਛ ਵੀ ਨਹੀਂ ਸੀ, ਨਾ ਹੀ ਬਾਹਲੀ ਜਾਣ ਪਛਾਣ ਹੁੰਦੀ ਸੀ, ਨਾ ਹੀ ਉੱਦਾਂ ਦਾ ਮਾਹੌਲ ਹੁੰਦਾ ਸੀ। ਹਾਂ, ਐਂ ਹੁੰਦਾ ਸੀਗਾ ਵੀ ਬ੍ਰੈਂਡ ਇੱਥੇ, ਉਦੋਂ ਇੱਥੇ ਹੀ ਬ੍ਰੈਂਡ ਸੀਗੇ
ਕਾਫੀ ਹਾਊਸ ਇੱਥੇ ਸੀਗਾ ਤੇ ਤੁਰ ਫਿਰ ਕੇ ਫੁਹਾਰੇ ਹੁਣ ਸਾਨੂੰ ਤਾਂ ਪਿੰਡਾਂ ਵਾਲਿਆਂ ਨੂੰ ਫੁਹਾਰੇ ਵੀ ਬਹੁਤ ਘੈਂਟ ਲੱਗਦੇ ਹੁੰਦੇ ਆ ਹਨਾ ਤੇ ਉੱਦਾਂ ਦਾ ਮਾਹੌਲ ਹੁੰਦਾ ਸੀ ਜਿਹੜੇ ਇੱਥੇ ਅਸੀਂ ਜਿੰਨਾ ਜਿਹਨੂੰ ਵੀ ਕਰਾਊਡ ਨਹੀਂ ਮੈਂ ਕਹੂੰਗਾ ਵੀ ਜਿਹੜਾ ਇਕੱਠ ਹੁੰਦਾ ਸੀ ਜਾਂ ਜਿਹੜੀ ਰਾਸ਼ ਹੁੰਦਾ ਸੀ ਉਹ ਉਹਨਾਂ ਦੇ ਲੀੜੇ ਕੱਪੜੇ ਚੰਡੀਗੜ੍ਹ ਵਾਲਿਆਂ ਦੇ ਹਨਾ ਅਤੇ ਜਿਹੜੇ ਪਾਸਿਆਂ 'ਚੋਂ ਵੀ ਮੁੰਡੇ ਆਉਂਦੇ ਸੀ ਸਾਡੇ ਮੁਕਤਸਰ ਕੰਨਿਓ ਕੋਟ ਫਰੀਦਕੋਟ ਵੀ ਉਹ ਚਿੱਟੇ ਕੁੜਤੇ ਪਜਾਮੇ ਉਹ ਚੀਜ਼ਾਂ ਨੂੰ ਦੇਖ ਦੇਖ ਬਸ ਖੁਸ਼ ਹੋਈ ਜਾਣਾ ਅਤੇ ਰਿਵਾਜ਼ ਦਾ ਸਾਰਿਆਂ ਤੋਂ ਮੇਨ ਹੁੰਦਾ ਸੀ ਵੀ ਰਿਵਾਜ਼ ਰਿਵਾਜ਼ ਦਾ ਪਤਾ ਲੱਗਦਾ ਸੀ ਸਾਨੂੰ ਵੀ ਰਿਵਾਜ਼ ਕਾਹਦਾ ਕਿਹੜਾ ਰਿਵਾਜ਼ ਆ ਹੁਣ ਕੀ ਚੱਲਦਾ ਪਿਆ ਵੀ ਰਿਵਾ ਮੇਨ ਹੁੰਦਾ ਸੀ ਵੀ ਰਿਵਾਜ਼ ਵੀ ਹੁਣ ਕੀ ਚੱਲੂਗਾ ਚੰਡੀਗੜ੍ਹ 'ਚ ਪਹਿਲਾਂ ਆ ਜਾਂਦਾ ਸੀ ਬਸ ਇਹੀ ਹੈ ਸਾਡੇ ਓਕੇ ਟ੍ਰੈਂਡ 'ਤੇ ਅੱਛਾ ਟ੍ਰੈਂਡ ਸੈਟਰ ਦਾ ਵੀ ਤੁਹਾਡਾ ਟੈਗ ਦੇਖਿਆ ਹੈ ਨਾ ਮੈਂ ਪ੍ਰੋਪਰ ਡਿਸਕ੍ਰਿਪਸ਼ਨ ਰੀਡ ਕਰ ਰਹੀ ਸੀਗੀ ਹੁਣ ਇਹ ਵੀ ਤੁਸੀਂ ਟ੍ਰੈਂਡਸ 'ਤੇ ਵੀ ਕੰਮ ਕੀਤਾ ਹੈ ਜਾਂ ਟ੍ਰੈਂਡਸ ਨੂੰ ਵੀ ਯੂਥ ਦੇ ਨਾਲ ਜੋੜੋਗੇ ਕਿਉਂਕਿ ਅਸੀਂ ਦੇਖਦੇ ਹਾਂ ਕਲਾਕਾਰ ਕੋਈ ਵੀ ਚੀਜ਼ ਪਾਲਣ ਕੁਛ ਵੀ ਉਹ ਟ੍ਰੈਂਡ ਬਣਦੀ ਡੈਫੀਨੇਟਲੀ ਸੋ ਤੁਹਾਡੇ ਨਾਮ ਦੇ ਅੱਗੇ ਟ੍ਰੈਂਡ ਨਾਮ ਜੁੜ ਗਿਆ ਮੈਂ ਇਹ ਵੀ ਜ਼ਰੂਰ ਜਾਨਣਾ ਚਾਹੂੰਗੀ ਕਿਉਂਕਿ ਮੈਨੂੰ ਬੜਾ ਯੂਨੀਕ ਲੱਗਾ ਔਰ ਐਕਚੁਅਲ ਦੇ ਵਿੱਚ ਇਹ ਹੈਰਾਨ ਕਰਨ ਵਾਲੀ ਚੀਜ਼ ਹੈ ਦੇਖੋ ਟ੍ਰੈਂਡ ਦਾ ਮੈਨੂੰ ਤਾਂ ਨਹੀਂ ਐਂ ਲੱਗਿਆ ਵੀ ਕੋਈ ਟ੍ਰੈਂਡ ਚਲਾਉਣ ਵਾਲੀ ਚੀਜ਼ ਮੈਂ ਪਾਈ ਹੋਈ ਆ ਸ਼ਰਟਾਂ ਸ਼ੂਟਾਂ ਹੈਗੀਆਂ ਟ੍ਰੈਕ ਉਹ ਟ੍ਰੈਂਡ ਚੇਂਜਰ ਦਾ ਅਸਲ 'ਚ ਜਦੋਂ ਚੇਤਾ ਸਿੰਘ ਆਈ ਆ ਜਾਂ ਵਾਰਨਿੰਗ ਦੀ ਗੱਲ ਚੱਲਦੀ ਸੀ ਅਤੇ ਉਦੋਂ ਚੇਤਾ ਸਿੰਘ ਦੇ ਪੋਸਟਰ ਦੇ ਉੱਤੇ ਬੰਟੀ ਨੇ ਲਿਖਾਇਆ ਸੀ ਜਿਹੜਾ ਮੁੰਡਾ ਉਹਦਾ ਡਾਇਰੈਕਟਰ ਸੀ ਚੇਤਾ ਆਸ਼ੀਸ਼ ਕਹਿ ਦਿੰਦੇ ਆ ਅਤੇ ਨਾਲ ਹੀ ਸੀ ਮੈਂ ਕਿਹਾ ਮੈਨੂੰ ਥੋੜ੍ਹੀ ਜਿਹੀ ਸੰਗ ਜਿਹੀ ਆਉਂਦੀ ਆ ਵੀ ਯਾਰ ਇਹ ਲਿਖਾਉਣਾ ਅਤੇ ਉਹ ਫਿਰ ਸਾਗਾ ਵਾਲੇ ਬਾਈ ਸਮਿਤ ਬਾਈ ਉਹ ਕਹਿੰਦੇ ਨਹੀਂ ਨਹੀਂ ਭਾਅ ਜੀ ਬਣਦਾ ਲਿਖਾਉਣਾ ਫਿਰ ਮੈਂ ਉਸਤਾਦ ਗਿੱਪੀ ਬਾਈ ਨੂੰ ਪੁੱਛਿਆ ਕਹਿੰਦੇ ਬਣਦਾ ਚਾਹੀਦੀ ਹੈ ਲਾਈਨ ਮੈਂ ਕਿਹਾ ਚਾਹ ਰੱਖ ਲਓ ਉਹ ਉਵੇਂ ਹੀ ਬਣ ਗਈ ਫਿਰ ਇਹਨੇ ਇਹ ਵੀ ਮੈਨੂੰ ਇਹ ਗੱਲ ਕਹਿੰਦੀ ਹੁੰਦੀ ਸੀਗੀ ਵੀ ਸਰ ਆਹ ਇਹਦੇ 'ਤੇ ਵੀ ਆਹ ਟ੍ਰੈਂਡ ਚੇਂਜਰ ਵਾਲਾ ਵੀ ਹਾਂ ਅੱਡ ਆ ਇਹਨੇ ਚੇਤਾ ਸਿੰਘ ਵਾਲਾ ਦੇਖਿਆ ਪਹਿਲਾਂ ਤਾਂ ਨਹੀਂ ਮੇਰੇ ਬਾਰੇ ਇਹਨੂੰ ਜ਼ਿਆਦਾ ਪਤਾ ਸੀ ਹਾਂ ਜਦੋਂ ਇਹਦੀ ਗੱਲ ਫਿਲਮ ਦੀ ਗੱਲ ਚੱਲੀ ਪਰ ਮੈਨੂੰ ਲੱਗਦਾ ਇਹਨੂੰ ਐਂ ਲੱਗਿਆ ਵੀ ਲੈ ਵੀ ਜਿਹੜੇ ਬੰਦੇ ਨਾਲ ਹੀਰੋਇਨ ਆਉਣਾ ਉਹਦੇ ਬਾਰੇ ਪਤਾ ਤਾਂ ਕੀਤਾ ਜਾਵੇ ਸੋ ਭੂਮਿਕਾ ਬੜੀ ਯੂਨੀਕ ਚੀਜ਼ ਹੋ ਰਹੀ ਆਪਣੇ ਇੰਡਸਟਰੀ ਦੇ ਵਿੱਚ ਆਪਾਂ ਨਾਲ ਨਾਲ ਚੱਲਦੇ ਹਾਂ ਫਿਲਮਾਂ ਦੀ ਪ੍ਰਮੋਸ਼ਨ ਅਸੀਂ ਕਰਦੇ ਹਾਂ ਮੋਸਟਲੀ ਸਟੂਡੀਓਜ਼ ਦੇ ਵਿੱਚ ਹੁੰਦੇ ਆ ਸਪੋਟਸ 'ਤੇ ਪਹੁੰਚ ਕੇ ਕਰਦੇ ਹਾਂ ਪਰ ਇਹ ਬੜੀ ਅਲੱਗ ਚੀਜ਼ ਹੋ ਰਹੀ ਹੈ ਤੁਹਾਡੀ ਡੈਬਿਊ ਫਿਲਮ ਆ ਰਾਈਟ ਅਤੇ ਡੈਬਿਊ ਫਿਲਮ ਹੀ ਅਸੀਂ ਇੰਨੀ ਸਾਰੀ ਪਬਲਿਕ ਵੈਸੇ ਹੀ ਤੁਹਾਨੂੰ ਦੇਖ ਰਹੀ ਹੈ ਤੁਹਾਡੀ ਇੰਟਰਵਿਊ ਚੱਲ ਰਹੀ ਹੈ ਤੁਹਾਡੀ ਪ੍ਰਮੋਸ਼ਨ ਬਹੁਤ ਨੈਕਸਟ ਲੈਵਲ ਹੋ ਰਹੀ ਹੈ ਤੁਸੀਂ ਇਸ ਚੀਜ਼ 'ਤੇ ਬਿਲੀਵ ਕਰਦੇ ਹੋ ਕਰਮਾਂ 'ਚ ਬਿਲੀਵ ਕਰਦੇ ਹੋ ਡੈਸਟੀਨੀ 'ਚ ਬਿਲੀਵ ਕਰਦੇ ਹੋ ਇਹ ਵੀ ਇੱਕ ਤਰ੍ਹਾਂ ਦੀ ਮੈਨੂੰ ਲੱਗਦਾ ਕਿ ਵਾਈਬ ਹੈ ਕਿ ਜਿਹੜੀ ਤੁਸੀਂ ਕ੍ਰੀਏਟ ਕਰ ਰਹੇ ਹੋ ਸੈਕਟਰ 17 ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਫਿਲਮ ਦੀ ਪ੍ਰਮੋਸ਼ਨ ਦੀ ਗੱਲ ਚੱਲ ਰਹੀ ਹੈ ਇੱਕ ਨਹੀਂ ਬਹੁਤ ਸਾਰੇ ਲੋਕ ਤੁਹਾਨੂੰ ਟੀਵੀ 'ਚ ਵੀ ਸੁਣਨਗੇ ਔਰ ਲਾਈਵ ਵੀ ਸੁਣ ਰਹੇ ਨੇ ਸੋ ਆਰ ਯੂ ਫੀਲਿੰਗ ਬਲੈਸਡ ਯਾ ਓਬਵੀਅਸਲੀ ਆਈ ਆਲਵੇਸ ਫੀਲ ਬਲੈਸਡ ਐਂਡ ਸਭ ਤੋਂ ਪਹਿਲਾਂ ਤਾਂ ਹਾਰਡ ਵਰਕ ਹੁੰਦਾ ਹੈ ਫਿਰ ਉਸ ਤੋਂ ਬਾਅਦ ਬਲੈਸਿੰਗ ਹੁੰਦੀ ਹੈ ਸੋ ਓਬਵੀਅਸਲੀ ਆਈ ਫੀਲ ਬਲੈਸਡ ਇਹਨਾਂ ਨਾਲ ਕੰਮ ਕਰਨ ਦਾ ਸੁਪਨਾ ਦੇਖਿਆ ਸੀ ਓਕੇ ਦੈਟਸ ਵਾਈ ਆਈ ਫੀਲ ਬਲੈਸਡ ਕੋਸ ਹੀ ਇਜ਼ ਹੇਅਰ ਨਹੀਂ ਸੁਪਨਾ ਨਹੀਂ ਦੇਖਿਆ ਵੈਸੇ ਜਦੋਂ ਗੱਲ ਹੋਈ ਤੇ ਉਹ ਠੀਕ ਲੱਗਾ ਇਹਨੂੰ ਵੀ ਉਹ ਠੀਕ ਲੱਗਾ ਵੀ ਹਾਂ ਯਾਰ ਠੀਕ ਕਰ ਰਹੇ ਕੰਮ ਤੂੰ ਸੁਪਨਾ ਥੋੜੀ ਦੇਖਿਆ ਹੋਊਗਾ ਵੀ ਪ੍ਰਿੰਸ ਕਮਲਜੀਤ ਨਾਲ ਮੈਂ ਕਰਨਾ ਉਹ ਕਿਉਂਕਿ ਕੁਝ ਚੀਜ਼ਾਂ ਸੁਪਨਾ ਦੇਖਣ ਕਰਕੇ ਨਹੀਂ ਪੂਰੀਆਂ ਹੁੰਦੀਆਂ ਹਾਂ ਇਹ ਸੁਪਨਾ ਆਪਾਂ ਬਣਾਇਆ ਹੈ ਹੁਣ ਵਧੀਆ ਲੱਗਦੀਆਂ ਛਤਰੀਆਂ ਆਜੋ ਬਈ ਹਾਂਜੀ ਹਾਂਜੀ ਕੈਰੇਕਟਰ ਨੂੰ ਬਰੀਫ ਕਰੋ ਸੋ ਦੈਟ ਭੂਮਿਕਾ ਨੂੰ ਜਿੱਦਾਂ ਪਹਿਲਾਂ ਦੇਖਿਆ ਉਸ ਤੋਂ ਕਿਵੇਂ ਅਲੱਗ ਦੇਖਾਂਗੇ ਹੁਣ ਅਸੀਂ ਇਸ ਫਿਲਮ ਦੇ ਵਿੱਚ ਤੁਸੀਂ ਸੁਪਨੇ ਵਾਲੀ ਗੱਲ ਕੀਤੀ ਨਾ ਹੁਣ ਸੁਪਨਾ ਮੇਰਾ ਸਰ ਨੇ ਮੈਂ ਭਾਵੇਂ ਸਰ ਨੂੰ ਮਿਲੀ ਨਹੀਂ ਸੀ ਪਰ ਮੇਰਾ ਸੁਪਨਾ ਸਰ ਨੇ ਲਿਖਿਆ ਜ਼ਰੂਰ ਹੈ ਮੂਵੀ 'ਚ ਜਿਹੜਾ ਕੈਰੇਕਟਰ ਹੈ ਨਾ ਉਹ ਸੱਚੀ ਮੇਰਾ ਇੱਕ ਡ੍ਰੀਮ ਸੀ ਮੈਂ ਇਹੋ ਜਿਹਾ ਕੈਰੇਕਟਰ ਪਲੇ ਕਰਨਾ ਚਾਹੁੰਦੀ ਸੀ ਸੋ ਉਹ ਸੁਪਨਾ ਉਹ ਇਹ ਤਰੀਕੇ ਨਾਲ ਤੁਸੀਂ ਕਹਿੰਦੇ ਵਾਈਸ ਵਰਸਾ ਇੱਕ ਲਾਈਕ ਮਿਰੇਕਲ ਔਰ ਸਮਥਿੰਗ ਲਾਈਕ ਦੈਟ ਸੋ ਇਹ ਚੀਜ਼ ਹੈ ਇੱਥੇ ਕਨੈਕਟ ਹੋਈ ਹੈ ਗੱਲ ਕਿ ਤੁਸੀਂ ਉਹ ਚੀਜ਼ ਲਿਖੀ ਸੁਪਨਾ ਉਹ ਨਹੀਂ ਸੁਪਨਾ ਤੁਹਾਨੂੰ ਪਤਾ ਲੱਗਿਆ ਕੀ ਕਿਹਨੂੰ ਚਾਹੀਦਾ ਆ ਤੁਸੀਂ ਉਹ ਲਿਖਿਆ ਸੁਪਨਾ ਸੋ ਫਿਲਮ ਦੇ ਕੈਰੈਕਟਰਸ ਬੜੇ ਡਿਫਰੈਂਟ ਪ੍ਰਿੰਸ ਜੀ ਤੁਸੀਂ ਪਲੇ ਕੀਤੇ ਹੈ ਬਹੁਤ ਫਿਲਮਾਂ ਦੇ ਵਿੱਚ ਦੇਖਿਆ ਹੈ ਨਾ ਬਿਹਤਰੀਨ ਕੰਮ ਕੀਤਾ ਹੈ ਪਰ ਇਹ ਬਿਹਤਰੀਨ ਦਿਮਾਗ ਕਿੱਦਾਂ ਚੱਲਿਆ ਸੈਕਟਰ 17 ਦੇ ਲਈ ਨਹੀਂ ਦੇਖੋ ਰਾਈਟਿੰਗ ਦੇ ਲਈ ਮੈਨੂੰ ਲੱਗਦਾ ਦਿਮਾਗ ਨਹੀਂ ਚੱਲਦਾ ਦਿਲ ਚੱਲਦਾ ਤੁਹਾਨੂੰ ਦਿਲ ਤੋਂ ਲਿਖਣਾ ਪੈਂਦਾ ਹੈ ਨਾ ਅਤੇ ਇਹ 4-5 ਸਾਲ ਪੁਰਾਣੀ ਗੱਲ ਹੈ ਜਿਵੇਂ ਮੈਨੂੰ ਆਦਤ ਹੈਗੀ ਆ ਵੀ ਇੱਕ ਫੋਟੋ ਖਿੱਚੀ ਉਹਦਾ ਪੋਸਟਰ ਬਣਾਇਆ ਫਿਰ ਮੇਰੇ ਥੋਟ ਚੱਲ ਪੈਂਦੇ ਆਈ ਅਸੀਂ ਇੱਕ ਵਾਰੀ ਅੰਬੈਸਡਰ ਗੱਡੀ ਕਿਸੇ ਦੀ ਮੰਗ ਲਈ ਅਤੇ ਫੋਟੋਆਂ ਖਿੱਚਣ ਲੱਗ ਗਏ ਅਤੇ ਉਹ ਮੈਂ ਨਾ ਗੋਡਫਾਦਰ ਦਾ ਦੇਖਿਆ ਸੀਗਾ ਪੋਸਟਰ
कार खड़ी इदा करके सरका न्याया दे विच ते असी वो स्पैशल लैके गए वो सरकाने तो सानू थोड़े घट मिले पापूलर लगे सी होर वो फिर ना असी दूर खड़ा के अंबैसडर गड्डी दी एक फोटो खिंच के मोबाइल च ही मेरे को ऐप जी है वो ते मैं एडिट कर लैना मैं लगता 2017-18 च बस उदू बार फिर पुंगरना शुरू होया ये आइडिया ये थॉट तो मनीष जी नाल मैं सांझा किया उदू पहला मैं अकबाल नाल जगवीर नाल बल नाल संजू नाल अमन नाल सारे नाल मैं पहला उदू पहला गल कर ली सी तो भूरे अर्गे नूं भी सुना लिया सी लाइन जी सुनाती सी 2020 जदों करोने वाला 2021 जदों असी करोना सीगा उदों फिर घरे सीगे तो राइटर दी तुहानूं पता दुकानदारी यही हुंदी है फिर भी कुछ लिखा जाए कुछ लिखा जाए कुछ लिखा जाए तो सैक्टर 17 का जिहड़ा आइडिया वो प्रॉपरली फिर एक होना शुरू हो गया मैं मनीष जी नूं कहा मनीष जी कहिंदे भाई डन अच्छा मुझे फील गुड आ रही है ਸੋ ਦੁਕਾਨਦਾਰੀ ਦਾ ਜ਼ਿਕਰ ਕੀਤਾ ਹੈ ਬੜੀ ਗੂੜੀ ਸਾਂਝ ਆ ਦੁਕਾਨਦਾਰੀ ਦੇ ਨਾਲ ਐਮ ਆਰ ਰਾਈਟ ਤੇ ਇਹ ਜ਼ਰੂਰ ਤੁਸੀਂ ਇੱਕ ਵਾਰ ਵਿਊਅਰਸ ਨੂੰ ਵੀ ਦੱਸੋ ਕਿਉਂਕਿ ਬੜੀ ਬੜੀ ਗਰਾਊਂਡ ਤੋਂ ਉੱਠੇ ਹੋ ਤੁਸੀਂ ਬਹੁਤ ਮਿਹਨਤ ਕਰਕੇ ਜਿਸ ਨੂੰ ਪਹਿਚਾਨਿਆ ਮੈਨੂੰ ਲੱਗਦਾ ਗਿੱਪੀ ਗਰੇਵਾਲ ਨੇ ਰਾਈਟ ਤੇ ਉਹ ਹੀ ਸੁਪਨਾ ਜਿਹੜਾ ਅਸੀਂ ਤੁਹਾਡਾ ਪੂਰਾ ਹੁੰਦਾ ਵੀ ਦੇਖ ਰਹੇ ਹਾਂ ਤੁਹਾਨੂੰ ਅਲੱਗ ਅਲੱਗ ਕਿਰਦਾਰਾਂ 'ਚ ਵੀ ਦੇਖ ਰਹੇ ਹਾਂ ਸੋ ਦੁਕਾਨਦਾਰੀ ਵਰਡ ਨੂੰ ਪੂਰੀ ਸਟੇਟਮੈਂਟ ਦੇ ਵਿੱਚ ਕੰਪਲੀਟ ਕੀਤਾ ਜਾਵੇ ਦੁਕਾਨਦਾਰੀ ਅਸਲ 98 ਦੇ ਵਿੱਚ 98 ਦੇ ਵਿੱਚ ਜਿਹੜਾ ਦੁਕਾਨ ਹੈ ਜਿਹੜੀ ਮੈਂ ਕੀਤੀ ਰੈਡੀਮੇਡ ਦੀ ਅਤੇ ਥੋੜ੍ਹੇ ਜਿਹੇ ਪੈਸੇ ਨਾਲ ਫਿਰ ਪੈਸੇ ਥੋੜ੍ਹੇ ਸੀ ਪਰ ਮਿਹਨਤ ਬਹੁਤ ਸੀ ਆਪਣੇ ਕੋਲ ਫਿਰ ਮਿਹਨਤ ਕੀਤੀ ਪੈਸਿਆਂ ਦੇ ਨਾਲ ਮਿਹਨਤ ਦੀ ਭਰਮਾਰ ਪਾਈ ਕਰਦੇ ਕਰਦੇ ਫਿਰ ਮੈਂ 2005-06 ਦੇ ਵਿੱਚ ਸ਼ੋਰੂਮ ਬਣਾ ਲਿਆ ਸੀ ਆਪਦਾ ਕੋਟਕਪੂਰੇ ਹੀ ਫਿਰ ਬਸ ਉੱਧਰ ਲੱਗੇ ਰਹੇ ਫਿਰ ਲੱਗਾ ਯਾਰ ਵੀ ਇੱਧਰ ਲੱਗੇ ਪਏ ਹਾਂ ਜਾਣਾ ਤਾਂ ਫਿਲਮਾਂ ਸੀਗਾ ਫਿਰ 2012 'ਚ 10 February 2012 ਮੈਂ ਫਿਰ ਮੱਥਾ ਟੇਕ ਕੇ ਬ੍ਰਦਰ ਨੂੰ ਕਿਹਾ ਵੀ ਮੈਂ ਚੱਲਿਆ ਇਹ ਰਸਤਾ ਤੁਸੀਂ ਜਿਵੇਂ ਹੈ ਨਾ ਇਮੈਜਿਨ ਕੀਤਾ ਤੁਸੀਂ ਸੋਚਿਆ ਤੁਸੀਂ ਸੁਪਨਾ ਦੇਖਿਆ ਤੁਸੀਂ ਅੱਗੇ ਵਧੇ ਆਪਣੇ ਸੁਪਨੇ ਨੂੰ ਪੂਰਾ ਕਰਨ ਦੇ ਲਈ ਰਾਈਟ ਕਿਵੇਂ ਇਹ ਚੀਜ਼ਾਂ ਪੋਸੀਬਲ ਹੁੰਦੀਆਂ ਨੇ ਕਿਵੇਂ ਇਹ ਚੀਜ਼ਾਂ ਰਿਐਲਿਟੀ ਦੇ ਵਿੱਚ ਕਨਵਰਟ ਹੁੰਦੀਆਂ ਨੇ ਕਿ ਸੁਪਨਾ ਦੇਖੋ ਔਰ ਅੱਗੇ ਮੁਕਾਮ ਦੇਣ ਵਾਲਾ ਕੋਈ ਬੈਠਾ ਕੋਈ ਹੱਥ ਫੜੇਗਾ ਇਹ ਰਿਸਕ ਸੀਗਾ ਇੱਕ ਤਰ੍ਹਾਂ ਦਾ ਜਿਹੜਾ ਤੁਸੀਂ ਕਿ ਪਹਿਲਾਂ ਹੀ ਪ੍ਰੀ ਪਲੈਨਡ ਸੀਗੀਆਂ ਚੀਜ਼ਾਂ ਸਾਰੀਆਂ ਨਹੀਂ ਪ੍ਰੀ ਪਲੈਨ ਨਹੀਂ ਸੀ ਵੈਸੇ ਵੀ ਪ੍ਰੀ ਪਲੈਨ ਮੇਰੇ ਤੋਂ ਹੁੰਦਾ ਨਹੀਂ ਮੈਨੂੰ ਹੁੰਦਾ ਵੀ ਪਲੈਨਿੰਗ ਹੁੰਦੀ ਹੈ ਦਿਮਾਗ ਨਾਲ ਅਤੇ ਦਿਮਾਗ ਨਾਲ ਆਪਾਂ ਨਾ ਸਵਾਲ ਤਾਂ ਕੱਢ ਸਕਦੇ ਹੈ ਨਾ ਵੀ ਜਿਹੜਾ ਜਿਸ ਕਿਸਮ ਦਾ ਆਪਾਂ ਕੰਮ ਕਰਦੇ ਹਾਂ ਜਿਹੜਾ ਆਰਟ ਹੈ ਇਹਦੇ 'ਚ ਦਿਮਾਗ ਦੇ ਨਾਲੋਂ ਦਿਲ ਦੀ ਜ਼ਿਆਦਾ ਲੋੜ ਪੈਂਦੀ ਹੈ ਪਲੈਨਿੰਗ ਤਾਂ ਨਹੀਂ ਕੀਤੀ ਸੀ ਨਾ ਹੀ ਕੋਈ ਪਲੈਨਿੰਗ ਸੀ ਵੀ ਜੌੜੀਆਂ ਚੱਕੀਆਂ ਕੋਲ ਰਹਿੰਦਾ ਜਿਹੜਾ ਮਹੱਲੇ 'ਚ ਮੁੰਡਾ ਉਹਦੀ ਕੀ ਪਲੈਨਿੰਗ ਹੋ ਸਕਦੀ ਪਰ ਮਿਹਨਤ ਸੀ ਸਪੋਰਟ ਸੀ ਘਰਦਿਆਂ ਦੀ ਦੋਸਤਾਂ ਦੀ ਫਿਰ ਜਦੋਂ ਮੈਂ ਇੱਧਰ ਨੂੰ ਵਧਿਆ ਇੰਡਸਟਰੀ ਵਾਲੇ ਨੂੰ ਉਦੋਂ ਵੀ ਮੇਰੀ ਬਹੁਤ ਸਪੋਰਟ ਸਾਰਿਆਂ ਨੇ ਕੀਤੀ ਅਤੇ ਕਰਮ ਚੰਗੇ ਸੀਗੇ ਵੀ ਕਰਮਜੀਤ ਬਾਈ ਨੇ ਗਿੱਪੀ ਬਾਈ ਨੂੰ ਮਿਲਾਤਾ ਅਤੇ ਹਾਂ ਸਮੀਪ ਕੰਗ ਬਾਈ ਨੇ ਕਿਹਾ ਕਹਿੰਦੇ ਯਾਰ ਉਹ ਤੋਂ ਡਾਇਲੋਗ ਲਿਖਾ ਲਓ ਜਿਹਨੇ ਜੱਟ ਬੋਇਜ਼ ਦੇ ਲਿਖੇ ਸੀ ਜੱਟ ਬੋਇਜ਼ ਉਦੋਂ ਆ ਗਈ ਸੀ ਜੌਲੀ ਡੌਨ ਦੇ ਨਾਂ 'ਤੇ ਮੇਰਾ ਵਾਹਵਾ ਮਾਹੌਲ ਜਿਹਾ ਬਣ ਗਿਆ ਸੀ ਵੀ ਮੈਂ ਉਹ 'ਚ ਡਾਇਲੋਗ ਜਿਹਾ ਸੀ ਨਾ ਕਹਿੰਦਾ ਹੈਲੋ ਕੌਣ ਕਹਿੰਦਾ ਜਿਹਦੇ ਮੋਢੇ ਉੱਤੇ ਧੌਣ ਤੇਰਾ ਵੀਰ ਜੌਲੀ ਡੌਨ ਉਹ ਮੇਰਾ ਨਿਕਲ ਗਿਆ ਸੀ ਸਭ ਤੋਂ ਵਧੀਆ ਸੈੱਟ ਉਹਦੇ 'ਚ ਇੱਕ ਡਾਇਲੋਗ ਸੀਗਾ ਈਸ਼ਾ ਰਿਖੀ ਨੂੰ ਬੋਲਦਾ ਹੁੰਦਾ ਉਹਨੂੰ ਕਹਿੰਦਾ ਕਿਵੇਂ ਆ ਬੱਗੂ ਗੋਛਿਆ ਸੋ ਉਵੇਂ ਵੱਧਦੇ ਰਹੇ ਮਿਹਨਤ ਕਰਦੇ ਰਹੇ ਵਾਹਿਗੁਰੂ ਜੀ ਨੇ ਬੰਦੇ ਮੈਨੂੰ ਐਸੇ ਮਿਲਾਉਂਦੇ ਰਹੇ ਵੀ ਜਿਹਨੂੰ ਆਪਾਂ ਕਹਿੰਦੇ ਨਾ ਵੀ ਰੱਬ ਇਨਸਾਨ 'ਚ ਹੀ ਹੁੰਦਾ ਮੈਨੂੰ ਇਨਸਾਨ ਮੈਨੂੰ ਸਾਰੇ ਅੱਗੇ ਨਾ ਦੋਸਤ ਮਿੱਤਰ ਹੋਰ ਜਿਵੇਂ ਹੁਣ ਆ ਸੈਕਟਰ 17 ਵੀ ਹੈ ਸੈਕਟਰ 17 ਦੇ ਵਿੱਚ ਮਨੀਸ਼ ਜੀ ਮਿਲਾਏ ਫਿਰ ਬੰਸ ਸਾਹਿਬ ਨਾਲ ਗੱਲ ਕੀਤੀ ਮੈਂ ਸੰਦੀਪ ਬੰਸਲ ਜੀ ਨਾਲ ਕਹਿੰਦੇ ਕਰ ਲਓ ਸ਼ੁਰੂ ਫਿਰ ਉਹਨਾਂ ਦੇ ਗਾਂਹ ਦੋਸਤ ਦਿੱਤਾ ਬਾਈ ਅਤੇ ਉਹਨਾਂ ਨੇ ਗੱਲ ਕੀਤੀ ਮੁੰਡਾ ਆਪਣਾ ਮਿੱਤਰ ਉਹਨਾਂ ਦਾ ਸ਼ੁਭਮ ਉਹਨੇ ਗੱਲ ਕੀਤੀ ਅਤੇ ਕਹਿੰਦੇ ਬੰਸ ਸਾਹਿਬ ਕਹਿੰਦੇ ਯਾਰ ਵੀ ਐਂ ਕਰਕੇ ਅਤੇ ਦਿੱਤਾ ਬਾਈ ਕਹਿੰਦਾ ਕੌਣ ਹੈ ਉਹ ਕਹਿੰਦੇ ਪ੍ਰਿੰਸ ਕਮਲਜੀਤ ਹੈ ਕਹਿੰਦੇ ਠੀਕ ਹੈ ਚੱਕ ਦਿਓ ਸੋ ਉਹ ਕਿਤੇ ਨਾ ਕਿਤੇ ਮੈਨੂੰ ਬੰਦੇ ਵਧੀਆ ਮਿਲਦੇ ਰਹਿੰਦੇ ਹੁਣ ਮੈਨੂੰ ਕਦੇ ਰੌਂਗ ਨਹੀਂ ਹੁਣ ਤੂੰ ਉਹਦੇ 'ਚ ਤੁਸੀਂ ਦੇਖ ਲਓ ਵੀ ਪਹਿਲੀ ਵਾਰੀ ਸੀਗਾ ਵੀ ਪ੍ਰਗਟ ਦੇ ਨਾਂ ਰਾਣੀ ਹੈ ਅਤੇ ਉਹ ਰਾਣੀ ਦਾ ਤਾਂ ਪਤਾ ਨਹੀਂ ਰਾਣੀ ਤਾਂ 10 ਦਿਨ ਪਹਿਲਾਂ ਹੀ ਆਈ ਐਂ ਕੜੁੱਕ ਕਰਕੇ ਡਿੱਗੀ ਅਤੇ ਉਹ ਨਿਕਲੀ ਆਹਾ ਅਤੇ ਇਹ ਐਡੀ ਰਾਈਟ ਇਹ ਵੀ ਇਨਸਾਨ ਬਹੁਤ ਵਧੀਆ ਨਹੀਂ ਮੇਰੇ ਲਈ ਬਹੁਤ ਔਖਾ ਸੀਗਾ
हाँ एक चीज हो रही इस थोड़ा रोमांटिक टच भी है ना थोड़ा नजर औखे तो याद आया मैं वाला भी मैं जरूर एक्सपीरियंस शेयर करो नहीं तो अं है ना पम्मे नू देखा है बस एक्शन करते हैं और मार ताड़ और बस अपना स्टैंड लिए अपने हकों लिए लड़ते पर ये इस बार बहुत कुछ वखरा है ये फिर पुछ जी आई है नवी बंदा है ते रहंदे दोने कठे एक दूजे तो बिना रहंदे नहीं बट बात फिर वो रात भी घूम जांदी है ओल्ड हो जांदी सो ओ तब 15 नवंबर देखनी पड़ी फिर नहीं ओखा नहीं लगा सीन्स जब शूट हो रहे सेगे क्योंकि ओखा लगा सी हमें कमा दैट वाज एक्चुअली माय क्वेश्चन मेनू क्यों नहीं फील हो नहीं तेनू फील नहीं हो नैनीताल असी ना गाना शूट करन जावड़े सॉन्ग उते सीन भी सीगे ते सॉन्ग भी सी ते झील दे विच चलो तो उत्थे करना जी उन्होंने वो किश्ती शिकारा जा करा लिया वधिया सजा सजूगा मैं लगता भी 25-30 मिनट ड्रोन घूमता रहा इधरों कैमरा दूरों लाया सी वो कीता सीगा ते मैनू वो कहन इधर साइड से मोबाइल ऑन करके मनीष जी का आवे प्रिंस भाई करो कुछ कुछ हाथ हिलाओ यार बैठे हो मैं उवें ही बैठा मैं आए आए दे नहीं देख लिया करा मैं आए करके देख लिया करा फिर उन करते करते फिर मैं फिर चलो कट हो गया सची हुई 25 मिनट वो मेरे फिर मैं इनू क्या मैं मनीष जी ने भी हौली दिन कहा मैं कहा यार इनू कह दो भी ये तो गाने गुने कर दी इनू पता भी मैनू हूँ इन्ना हिसाब है नहीं फिर मैं भूमिका ने कहा मैं कहा भूमिका कोई आ कोई मंत्र चला सिखा कुछ नहीं तो सर बैठे उठे हैं मैं पूरा दुपट्टे दुपट्टे लहरा ले मैं पूरी बॉलीवुड वाले मैं देखो मैं सर कुछ कुछ बाद च मैंने थोड़ा जा अच्छा ओके ओ ऑल ओ अच्छा मैंने लग गया मैं पता नहीं कमांड है जे आनी है करैक्टर ही इनू लग गया भी करैक्टर ही एदा ना ओके पर भी वो फिर मैं नहीं फिर चलो मेरे ने मैंने कहंदी चक्कर ही नहीं कोई नहीं मैंने बिल्कुल फील हां पर मैंने भी फिर ठीक लगा जो थोड़े ना आर्टिस्ट उमें करके और ਜਦੋਂ ਹੁਣ ਜਿਵੇਂ ਕਈ ਦਿਨ ਕਹਿੰਦੀ ਪਹਿਲਾਂ ਮੈਨੂੰ ਆਇਆ ਸੀ ਪਤਾ ਨਹੀਂ ਕਿਹੋ ਜਿਹਾ ਬੰਦਾ ਵੀ ਫਿਲਮਾਂ ਇਹੋ ਜਿਹੀਆਂ ਇਹਦੀਆਂ ਪਰ ਵੀ ਕਹਿੰਦੀ ਨਹੀਂ ਠੀਕ ਆ ਮੈਂ ਕਿਹਾ ਵੀ ਕਿਹੋ ਜਿਹਾ ਬੰਦਾ ਦੱਸ ਫਿਰ ਕਿਹੋ ਜਿਹਾ ਬੰਦਾ ਹਾਂ ਐਕਸਪਲੇਨ ਕਰੋ ਮਤਲਬ ਤੁਸੀਂ ਇਹਨਾਂ ਨਾਲ ਹੈ ਨਾ ਸੈੱਟ ਤੇ ਕਿੰਨਾ ਟਾਈਮ ਸਪੈਂਡ ਕੀਤਾ ਇਹਨਾਂ ਨਾਲ ਮੂਵੀ ਕਰ ਚੁੱਕੇ ਹੋ ਫਾਈਨਲ ਹੋ ਗਿਆ ਸਾਰਾ ਕੁਝ ਅੱਜ ਇੰਟਰਵਿਊਜ਼ ਕਰ ਰਹੇ ਪ੍ਰੋਮੋਸ਼ਨਸ ਵੀ ਚੱਲ ਰਹੀਆਂ ਨੇ ਓਵਰਆਲ ਅਗਰ ਇੱਕ ਵਰਡ ਦੇ ਵਿੱਚ ਇਹਨਾਂ ਨੂੰ ਡਿਸਕ੍ਰਾਈਬ ਕਰਨਾ ਹੋਵੇ ਤਾਂ ਕੀ ਇਹਨਾਂ ਨੂੰ ਤੁਸੀਂ ਵਰਡ ਦਓਗੇ ਕੈਟ क्योंकि तुहानू तां वैसे ही चलो कहण दी कोई गल है ही नहीं भी वैसे ही लोकी इन्ना प्यार करदे आ सो कोई भी फिल्म हुंदी है ना कोई ना कोई बेंचमार्क सैट करदी है कोई मैसेज कन्वे करके जांदी कोई चेंज ली हुंदी है सो सैक्टर 17 देखण तो बाद की चेंजेस आणगे लोकां च वी साडे माइंडसेट्स चेंज होणगे जो भी तुसीं दिखाउण दी कोशिश कीती है हां आए लगदा वी जिन्ना प्यार पहलां पम्मे नूं दित्ता वी मेहनत कीती है बहुत जोर लाया सारी टीम ने सारे यूनिट ने डायरेक्टर साहब ने सब ने है ना कॉस्ट्यूम वाले हेयर वाले सारिआं ने ਵੀ ਉਦੋਂ ਵਧੀਆ ਲੱਗੂਗਾ ਪ੍ਰਗਟ ਘੈਂਟ ਲੱਗੂਗਾ ਔਰ ਇਹ 'ਚ ਨਵੀਂ ਗੱਲ ਆ ਜਿਹੜੀ ਵੀ ਪ੍ਰਗਟ ਦੇ ਨਾਲ ਰਾਣੀ ਵੀ ਹੈ ਅਤੇ ਦੋਨਾਂ ਦੇ ਜ਼ੋਰ ਦੇਖਣ ਨੂੰ ਮਿਲਣਗੇ ਅੱਛਾ ਪੀ ਤੁਹਾਡੇ ਨਾਲ ਜ਼ਿਆਦਾ ਨਹੀਂ ਜੁੜਦਾ ਹੈ ਨਾ ਪੰਮਾ ਹੁਣ ਪ੍ਰਗਟ ਪਾਲਾ ਪਾਲਾ ਪੰਛੀ ਹੈ ਨਾ ਹਾਂ ਪੱਪੇ ਦਾ ਥੋੜਾ ਮੈਂ ਧਿਆਨ ਰੱਖ ਮੇਰੇ ਵੈਸੇ ਅੰਦਰ ਹੀ ਹੁੰਦਾ ਪ੍ਰਿੰਸ ਪੱਪੇ ਫਿਰ ਮੈਨੂੰ ਪ੍ਰਿੰਸ ਨਾਮ ਦੇ ਬੰਦੇ ਬਹੁਤ ਘੈਂਟ ਹੁੰਦੇ ਆ ਤਾਂ ਮੈਂ ਅਜ਼ਮਾਇਆ ਹੈ ਮੇਰੇ ਮੰਮਾ ਦਾ ਨਾਮ ਪ੍ਰਿੰਸ ਹੈ ਸ਼ੀ ਇਜ਼ ਲਾਈਕ ਜੈਮ ਆਫ ਅ ਪਰਸਨ ਵਾਹ ਬਹੁਤ ਵਧੀਆ ਗੱਲ ਇਸ ਕਰਕੇ ਮੈਨੂੰ ਪ੍ਰਿੰਸ ਨਾਮ ਮਾਂ ਨਾਲ ਪਿਆਰ ਆ ਮੈਨੂੰ ਪ੍ਰਿੰਸ ਨਾਮ ਦੇ ਬੰਦਿਆਂ ਦੇ ਵੈਸੇ ਹੀ ਐ ਹੁੰਦਾ ਕਿ ਯਾਰ ਐਕਚੁਅਲੀ ਬਹੁਤ ਪਿਓਰ ਹਾਰਟਡ ਹੁੰਦੇ ਹੋ ਔਰ ਹੈ ਨਾ ਯੈਸ ਇਹ ਤਾਂ ਹੈ ਇਹ ਤਾਂ ਸਹੀ ਗੱਲ ਹੈ ਸੀਰੀਅਸਲੀ ਕਿਉਂਕਿ ਮੈਂ ਉੱਦਾਂ ਲਾਈਕ ਪਰਸਨਲੀ ਮੈਂ ਬਹੁਤ ਜ਼ਿਆਦਾ ਗੱਲ ਜਾਂ ਮੈਂ ਬਹੁਤ ਜ਼ਿਆਦਾ ਜੈਲਪ ਨਹੀਂ ਹੁੰਦੀ ਲੋਕਾਂ ਨੂੰ ਲੱਗਦਾ ਹੈ ਕਿ ਹੋ ਜੂਗੀ ਬਹੁਤ ਛੇਤੀ ਗੱਲ ਬਟ ਨਹੀਂ ਇਹੋ ਜਿਹਾ ਨਹੀਂ ਹੈ ਪਰ ਜਦੋਂ ਮੈਂ ਸਰ ਨੂੰ ਮਿਲੀ ਮੇਰਾ ਨੋਰਮਲੀ ਇੱਦਾਂ ਹੁੰਦਾ ਵੀ ਮੈਂ ਇੰਨੀ ਕੁ ਇੰਟਰੈਕਸ਼ਨ ਰੱਖਦੀ ਹਾਂ ਆਪਣੇ ਕੋ ਸਟਾਰ ਨਾਲ ਕਿ ਹਾਂ ਔਕਵਰਡ ਨਾ ਲੱਗੇ ਉਹਨੂੰ ਕੰਮ ਕਰਨ 'ਚ
बट सर नाल ना एक हुंदा ना कि भाई लाइफ लोंग कनैक्शन है कि भाई जदों भी कदे भी कितने भावें कंटिन्यू गल होवे ना होवे पर जदों भी होगी ना उस्ताद जी उस्ताद जी किथे हो सो चीज है तो ता करके क्योंकि सर नेचर वाइज बहुत ज़्यादा हम्बल ने सो बहुत कुछ बहुत सारिया चीज़ा यहोजियाँ जड़ियाँ असी जिमें कि असी हुण शुरू हो रहे हैं कर रहे हैं उस हिसाब नाल असी सीखी है सो सर सर एक चीज़ मैं सब तो ज़्यादा जी हमेशा डिटेल च हुण बोल रहे देख लो वो सारी सर ना सारी टीम नू ना हर एक बंदे नू नाल लैके चलते हर एक बंदे नू क्रेडिट ते प्यार ते देखो गाला गुला वो तो अड अपनी पूरी टीम नू बहुत प्यार नाल रखदी मैं पूरी टीम नाल काम कीता सारी टीम सर नू बहुत प्यार करदी बहुत लॉयल है सर लई सो ए तां ही हो सकदा है बिकॉज़ उहनां दा नेचर ओह दिल तों बिल्कुल साफ है बहुत वधिया है सो जाते जाते हुण सैक्टर 17 देख भी रहे आपां फिर भी रहे हैं तो लोग सैक्टर 17 क्यों देखण हुण क्योंकि ट्रेलर नूं तां बड़ा भरवां हुंगारा मिल रहा फिल्म नूं भी डेफिनेटली बेंचमार्क सैट करेगी साडियां फिल्मां हुण वैसे ही रिकॉर्ड तोड़ रही ने तुसीं जिस टीम दे नाल जुड़े हो उहदे तां वैसे ही बड़ा अच्छा रिस्पोंस रहिंदा तुहानूं भी मिलदा सो सैक्टर 17 लई स्पैशल की कहना चाहुंदे हो बस सारिआं ने मेहनत बहुत कीती है ते सबजैक्ट अलग है जोर लाया कोशिश कीती है भी परगट ते पम्मे दा थोड़ा जा रला के मिक्सचर खट मिठा भुजिया नहीं हुंदा अच्छा एक मिंट अपना डायलॉग दे नाल हैप्पी एंडिंग करनी है आपां हक वाले ठीक है हक वाले ओके ते तू बोल भी आ रही है फिल्म हली ते सेक्टर 17 आ रही है सेक्टर 17 च खड़े हैं सेक्टर 17 आ रही है 15 नवंबर नु परगट ते राणी कहंदा आट्या नु गुन के ना सॉरी तारियां नूं गुन के धरती तो पड़ेथन लैके तो सूरज नूं तवा बना के चंद नूं रोटी वांगू बका लो जदों गल आपदे हक्कां दी आवे ते सैक्टर 17 मेरे प्यो दा सो बहुत बहुत धन्यवाद साडे नाल खास गलबात करन दे लई ते उम्मीद करदे कि फिल्म सुपर डुपर हिट होवे थैंक यू सो फिल्म आ रही है सैक्टर 17 जल्द सिनेमाघरों के विच ते असीं इस फिल्म का माण वधाउणा है जिस तरह पहला पम्मे नूं प्यार दिता उस तरह तुसीं प्रगट नूं प्यार देना सो फिलहाल ही मैनूं दिओ इजाजत कैमरामैन गणेश दे नाल मनप्रीत खुल्लर दैनिक सवेरा टीवी चंडीगढ़